ਅੱਜ ਖੰਨਾ ਦੇ ਵਿੱਚ ਹੋਲੀਕਾ ਦਹਨ ਬੜੀ ਸ਼ਰਧਾ ਔਰ ਬੜੇ ਧੂਮਧਾਮ ਦੇ ਨਾਲ ਮਨਾਇਆ ਜਾ ਰਹੀ ਹੈ ਤਿਉਹਾਰ। ਸਨਾਤਨ ਧਰਮ ਸਰਬ ਹਿਤਕਾਰੀ ਸੇਵਾ ਮੰਡਲ ਵੱਲੋਂ ਇਹ ਕਾਰਿਆ ਜਿਹੜਾ ਪਹਿਲੀ ਵਾਰ ਕੀਤਾ ਜਾ ਰਿਹਾ ਖੰਨੇ ਦੇ ਵਿੱਚ, ਔਰ ਮੈਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਸਾਡਾ ਤਿਉਹਾਰ ਬਹੁਤ ਹੀ ਵੱਡੀ ਪੱਧਰ 'ਤੇ ਮਨਾਇਆ ਜਾਵੇਗਾ, ਕਿਉਂਕਿ ਇਹ ਤਿਉਹਾਰ ਜਿਹੜੇ ਨੇ ਸਾਨੂੰ ਏਕਤਾ ਅਤੇ ਇਤਫਾਕ ਦਾ ਸੁਨੇਹਾ ਦਿੰਦੇ ਨੇ, ਔਰ ਜਿਹੜੇ ਸਾਡੇ ਦੇਸ਼ ਦੀ ਏਕਤਾ ਅਖੰਡਤਾ ਹੈਗੀ ਹੈ ਉਹ ਵੀ ਇਸ ਗੱਲ ਦਾ ਹੀ ਪ੍ਰਤੀਕ ਹੈ ਕਿ ਅਸੀਂ ਭਾਵੇਂ ਕਿਸੇ ਵੀ ਧਰਮ ਦੇ ਨਾਲ ਤਾਲੁਕ ਰੱਖਦੇ ਹੋਈਏ, ਪਰ ਅਸੀਂ ਇਕੱਠੇ ਮਿਲ ਬੈਠ ਕੇ ਇਹੋ ਜਿਹੇ ਤਿਉਹਾਰ ਜਿਹੜੇ ਨੇ, ਜਿਹੜੇ ਸਾਂਝੇ ਤਿਉਹਾਰ ਨੇ ਸਾਡੇ, ਉਹਨਾਂ ਨੂੰ ਮਨਾਉਂਦੇ ਹਾਂ, ਔਰ ਇਹਦੇ ਨਾਲ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ ਔਰ ਇੱਕ ਅੱਛਾ ਸੁਨੇਹਾ ਜਿਹੜਾ ਸਮਾਜ ਦੇ ਵਿੱਚ ਜਾਂਦਾ। ਸੋ ਮੈਂ ਵਧਾਈ ਦੇਣੀ ਚਾਹੁੰਦਾ ਸਾਰੇ ਜਿੰਨੇ ਵੀ ਪ੍ਰਬੰਧਕ ਨੇ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਹੋਲੀਕਾ ਦਹਨ ਦਾ ਇਹ ਜਿਹੜਾ ਸ਼ੁਰੂਆਤ ਹੋਈ ਹੈ ਅੱਜ ਖੰਨੇ ਦੇ ਵਿੱਚ, ਔਰ ਆਉਣ ਵਾਲੇ ਸਾਲਾਂ ਦੇ ਵਿੱਚ ਹੋਰ ਵੱਡੇ ਪੱਧਰ 'ਤੇ ਇਹ ਤਿਉਹਾਰ ਮਨਾਇਆ ਜਾਏਗਾ। ਸੋ ਬਹੁਤ ਬਹੁਤ ਧੰਨਵਾਦ।